ਅੱਜ ਸ਼ਤਰਾਣਾ ਵਿਧਾਨ ਸਭਾ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਭੈਣ ਜੀ ਡਾਕਟਰ ਗੁਰਪ੍ਰੀਤ ਕੌਰ ਮਾਨ ਜੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਧਰਮ ਪਤਨੀ ਪਹੁੰਚੇ ਆ ਔਰ ਵਿਸ਼ੇਸ਼ ਤੌਰ 'ਤੇ ਬਹੁਤ ਵੱਡਾ ਉਪਰਾਲਾ ਜੀ ਕਿ ਪਿੰਡਾਂ ਦੇ ਵਿੱਚ ਜਿਹੜੀਆਂ ਸਾਡੀਆਂ ਭੈਣਾਂ ਸਾਡੀਆਂ ਮਾਤਾਵਾਂ ਜਿਹੜੀਆਂ ਹੱਥ ਦੀ ਸਿਲਾਈ ਮਸ਼ੀਨਾਂ ਨਾਲ ਕਰਨਾ ਜਾਣਦੀਆਂ ਨੇ ਜੀ ਉਹਨਾਂ ਵਾਸਤੇ ਰੁਜ਼ਗਾਰ ਦਾ ਬਹੁਤ ਵੱਡਾ ਉਪਰਾਲਾ ਜਿਹੜਾ ਅੱਜ ਕੀਤਾ ਗਿਆ ਔਰ MLA ਸ਼ਤਰਾਣਾ ਕੁਲਵੰਤ ਸਿੰਘ ਬਾਜੀਗਰ ਸਾਹਿਬ ਨੂੰ ਵੀ ਇਹਦਾ ਸਿਹਰਾ ਜਾਂਦਾ ਜੀ ਕਿ ਉਹ ਬਹੁਤ ਗਰੀਬ ਪਰਿਵਾਰਾਂ ਲਈ ਸੋਚਦੇ ਆ ਸੋ ਮੁਬਾਰਕਬਾਦ ਹੈ ਜੀ ਸਰਕਾਰ ਦਾ ਮਕਸਦ ਜਿਹੜਾ ਜੀ ਭਗਵੰਤ ਮਾਨ ਸਾਹਿਬ ਜੀ ਦਾ ਮਕਸਦ ਜਿਹੜਾ ਹੈ ਕਿ ਹਰੇਕ ਨੂੰ ਰੁਜ਼ਗਾਰ ਮੁਹੱਈਆ ਕਰਾਉਣਾ ਸੋ ਇਹਦੇ ਨਾਲ ਕਾਫੀ ਵੱਡੀ ਤਾਦਾਦ ਦੇ ਵਿੱਚ ਜਿਹੜੀਆਂ ਪਿੰਡਾਂ ਦੀਆਂ ਔਰਤਾਂ ਜਿਹੜੀਆਂ ਸਿਲਾਈ ਦਾ ਕੰਮ ਕਰਦੀਆਂ ਉਹਨਾਂ ਨੂੰ ਵੱਡਾ ਰੁਜ਼ਗਾਰ ਦਾ ਇੱਕ ਸਾਧਨ ਬਣੇਗਾ ਸੋ ਬਹੁਤ ਬਹੁਤ ਧੰਨਵਾਦ ਹੈ ਜੀ ਅੱਜ ਦਾ ਜਿਹੜਾ ਪ੍ਰੋਗਰਾਮ ਹੈਗਾ ਜੀ ਕਿ ਬਹੁਤ ਲੰਬੇ ਸਮੇਂ ਤੋਂ ਬਹੁਤ ਸਰਕਾਰਾਂ ਆਉਂਦੀਆਂ ਰਹੀਆਂ ਜਾਂਦੀਆਂ ਰਹੀਆਂ ਪਰ ਕਿਸੇ ਵੀ ਸਰਕਾਰ ਨੇ ਕਿਸੇ ਉਸ ਤਬਕੇ ਦੇ ਬਾਰੇ ਨਹੀਂ ਸੋਚਿਆ ਕਿ ਜਿਨ੍ਹਾਂ ਨੂੰ ਕੋਈ ਰੁਜ਼ਗਾਰ ਦੀ ਜ਼ਰੂਰਤ ਹੈ ਕਿਉਂਕਿ ਅੱਜ ਦਾ ਜਿਹੜਾ ਯੁੱਗ ਹੈ ਪਹਿਲਾਂ ਬੰਦਾ ਔਰ ਲੇਡੀਜ਼ ਦੋਨੇ ਬਰਾਬਰ ਕੰਮ ਕਰਿਆ ਕਰਦੇ ਸੀਗੇ ਪਰ ਜਦੋਂ ਤੋਂ ਮਸ਼ੀਨਰੀ ਯੁੱਗ ਆਇਆ ਉਸ ਮਸ਼ੀਨਰੀ ਯੁੱਗ ਨੇ ਉਹਨਾਂ ਮਜ਼ਦੂਰਾਂ ਦੀ ਜਿਹੜੀ ਉਹ ਮਜ਼ਦੂਰੀ ਖੋਹ ਲਈ ਆਉਣ ਲਈ ਜਿਹੜਾ ਕੰਮ ਸੀਗਾ ਉਹ ਜਿਹੜਾ ਸੀਗਾ ਉਹ ਬੰਦਿਆਂ ਤੱਕ ਜਿਹੜਾ ਸੀਮਤ ਰਹਿ ਗਿਆ ਤਾਂ ਕੁਛ ਕਰਨ ਦੀ ਚਾਹਣਾ ਹੈਗੀ ਸੀਗੀ ਮਨ ਦੇ ਵਿੱਚ ਪਹਿਲਾਂ ਮੈਂ ਸਰਪੰਚ ਰਿਹਾ ਉਸ ਤੋਂ ਬਾਅਦ ਦੇ ਵਿੱਚ ਮੈਂ ਕੋਸ਼ਿਸ਼ ਕਰੀ ਕਾਂਗਰਸ ਦੀਆਂ ਸਰਕਾਰਾਂ ਦੇ ਵਿੱਚ ਵੀ ਅਕਾਲੀ ਦਲ ਦੇ ਸਰਕਾਰਾਂ ਵਿੱਚ ਵੀ ਪਰ ਕਿਸੇ ਨੇ ਵੀ ਮਤਲਬ ਇਸ ਚੀਜ਼ ਵੱਲ ਤਵੱਜੋ ਨਹੀਂ ਦਿੱਤੀ ਪਰ ਜਿੱਦਣ ਤੋਂ ਮਾਨ ਸਾਹਿਬ ਦੀ ਸਰਕਾਰ ਬਣੀ ਉਦਣ ਤੋਂ ਮਨ ਦੇ ਵਿੱਚ ਹੈਗਾ ਸੀਗਾ ਕਿ ਕੁਛ ਉਹਨਾਂ ਲੋਕਾਂ ਲਈ ਕਰੀਏ ਕਿ ਜਿਹੜੇ ਲੋਕ ਬੇਰੁਜ਼ਗਾਰ ਹੋ ਚੁੱਕੇ ਨੇ ਤਾਂ ਸੈਲਫ ਹੈਲਪ ਗਰੁੱਪ ਹੈ ਜਿਹੜਾ ਬੜੇ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਸੀਗਾ ਸਰਕਾਰਾਂ ਆਉਂਦੀਆਂ ਰਹੀਆਂ ਜਾਂਦੀਆਂ ਰਹੀਆਂ ਪਹਿਲਾਂ ਜਿਹੜੇ ਆ ਪ੍ਰੋਟੈਕਟ ਸੀਗੇ ਜਿਹੜੇ ਯੂਨੀਫਾਰਮ ਦਿੱਤੇ ਜਾਂਦੇ ਸੀਗੇ ਸਕੂਲਾਂ ਦੇ ਵਿੱਚ ਇਹ ਜਿਹੜੇ ਪ੍ਰੋਗਰਾਮ ਸੀਗੇ ਇਹ ਕਿਸੇ ਨਿੱਜੀ ਪਰਿਵਾਰਾਂ ਨੂੰ ਜਿਹੜੇ ਉਹ ਦਿੱਤੇ ਜਾਂਦੇ ਸੀਗੇ ਪਰ ਮੈਂ ਜਦੋਂ CM ਸਾਹਿਬ ਦੇ ਨਾਲ ਗੱਲ ਕੀਤੀ ਤਾਂ CM ਸਾਹਿਬ ਨੇ ਨਾਲ ਦੀ ਨਾਲ ਹੀ ਫੈਸਲਾ ਲਿਆ ਕਿ ਜਿਹੜਾ ਯੂਨੀਫਾਰਮ ਦਾ ਸਕੂਲਾਂ ਦੀ ਯੂਨੀਫਾਰਮ ਦਾ ਕੰਮ ਸੀਗਾ ਉਹ ਸੈਲਫ ਹੈਲਪ ਗਰੁੱਪਾਂ ਨੂੰ ਦੇ ਕੇ ਉਹਨਾਂ ਨੂੰ ਉਹਨਾਂ ਦੀ ਜਿਹੜੀ ਮਜ਼ਦੂਰੀ ਸੀਗੀ ਉਹ ਬਹਾਲ ਕੀਤੀ ਸੋ ਅੱਜ ਜਿਹੜਾ ਪ੍ਰੋਗਰਾਮ ਹੈ ਉਸੇ ਦੇ ਰਿਲੇਟਿਵ ਹੈਗਾ ਅੱਜ ਡਾਕਟਰ CM ਗੁਰਪ੍ਰੀਤ ਮਾਨ ਸਾਹਿਬ ਦੀ ਵੈਫ ਨੇ ਜਿਹੜੇ ਉਹ ਆ ਰਹੇ ਨੇ ਸਾਡੇ MLA ਸਾਹਿਬ ਆ ਰਹੇ ਨੇ DC ਸਾਹਿਬਾਨ ਆ ਰਹੇ ਨੇ ਸਾਰਾ ਜਿਹੜਾ ਵੀਡੀਓ ਬਲੌਕ ਹੈਗਾ ADC ਸਾਹਿਬ ਆ ਰਹੇ ਨੇ ਸੋ ਅੱਜ ਬੀਬੀਆਂ ਨੇ ਜਿਹੜਾ ਸੀਗਾ ਕਿ ਅਸੀਂ ਧੰਨਵਾਦ ਕਰਨਾ ਕਿ ਕਿਸੇ ਸਰਕਾਰ ਨੇ ਸਾਡੇ ਪ੍ਰਤੀ ਇੰਨਾ ਸੋਚਿਆ ਸੀ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਮੇਰੀ ਕੰਸਟੀਚੁਐਂਸੀ ਦੇ ਵਿੱਚ 10,000 ਬੀਬੀਆਂ ਨੇ ਜਿਹੜੀਆਂ ਉਹ ਕੰਮ ਕਰਦੀਆਂ ਨੇ ਔਰ 500 ਬੀਬੀਆਂ ਨੂੰ ਜਿਹੜਾ ਰੁਜ਼ਗਾਰ ਦਿੱਤਾ ਹੈ CM ਸਾਹਿਬ ਨੇ ਆਪਣੇ ਵੱਲੋਂ ਮਸ਼ੀਨਾਂ ਪ੍ਰੋਵਾਈਡ ਕਰਵਾਈਆਂ ਨੇ ਔਰ ਇੱਥੇ ਜਿਹੜਾ ਸੈਂਟਰ ਵੀ ਉਹ ਖੁੱਲ੍ਹ ਚੁੱਕਿਆ ਤੁਸੀਂ ਦੇਖ ਕੇ ਆਏ ਹੋਣੇ ਉਸ ਸੈਂਟਰ ਦਾ ਜਿਹੜਾ ਅੱਜ ਉਦਘਾਟਨ ਕਰਨਾ ਅਤੇ 500 ਬੀਬੀਆਂ ਨੂੰ ਜਿਹੜਾ ਉਹ ਰੁਜ਼ਗਾਰ ਦਾ ਜਿਹੜਾ ਕੰਮ ਕੀਤਾ ਨਹੀਂ ਉਹ ਮੇਰੇ ਕੋਲ ਡਿਟੇਲ ਪਈ ਹੈਗੀ ਆ ਉਹ CM ਮੈਡਮ ਸਾਰਾ ਉਹ ਵਿਸਤਾਰ ਦੇ ਨਾਲ ਉਹ ਤੁਹਾਨੂੰ ਉਹ ਦੱਸਣਗੇ ਜੀ ਕਿ ਕਿੰਨੀ ਇਨਕਮ ਹੈਗੀ ਹੈ ਜਿਹੜੀ ਉਹ ਇਹਨਾਂ ਨੂੰ ਮੰਥਲੀ ਬੈਠਦੀ ਹੈ ਜੋ ਕਿ 1 ਮਹੀਨੇ ਦੀ ਟ੍ਰੇਨਿੰਗ ਲੈ ਚੁੱਕਿਆ ਹੈ ਅਤੇ ਇਹਨਾਂ ਨੇ ਵਰਦੀਆਂ ਵੀ ਤਿਆਰ ਕੀਤੀਆਂ ਹੈਗੀਆਂ ਸਕੂਲੀ ਵਰਦੀਆਂ ਬੱਚਿਆਂ ਲਈ ਐਂਡ ਇਹ ਹੈਂਡਓਵਰ ਵੀ ਹੋਣਗੀਆਂ ਸਕੂਲਸ ਨੂੰ ਜਿਹੜੀ ਸਮਰ ਦੀ ਵਰਦੀ ਹੈ ਉਹ ਤਿਆਰ ਪਹਿਲਾਂ ਕੀਤੀ ਜਾ ਰਹੀ ਹੈ ਬਿਕੋਜ਼ ਵਿੰਟਰ ਦਾ ਮਹੀਨਾ ਖਤਮ ਹੋ ਜਾਏਗਾ ਉਸ ਤੋਂ ਬਾਅਦ ਸਮਰ ਦੀ ਵਰਦੀਆਂ ਦੀ ਲੋੜ ਪਊਗੀ ਉਹ ਬੱਚਿਆਂ ਦੇ ਸਾਈਜ਼ ਦੇ ਹਿਸਾਬ ਨਾਲ ਇਹਨਾਂ ਨੇ ਬਹੁਤ ਹੀ ਸੁੰਦਰ ਕੁਆਲਿਟੀ ਦੀ ਵਰਦੀ ਬਣਾਈ ਹੈ ਅਤੇ ਕੋਸਟ ਵੀ ਉਹਦੀ ਜਿਹੜੀ ਜਿਹੜਾ ਦਾਮ ਹੈ ਉਹ ਬਿਲਕੁਲ ਅਫੋਰਡੇਬਲ ਐਂਡ ਸਸਤਾ ਰੇਟ 'ਤੇ ਜੋ ਸਕੂਲਸ ਨੂੰ ਗਵਰਨਮੈਂਟ ਵੱਲੋਂ ਫਿਕਸ ਹੋਇਆ ਹੈ ਉਸੇ ਰੇਟ 'ਤੇ ਉਹ ਸਾਰਾ ਕੁਛ ਹੀ ਉਹਦੇ ਵਿੱਚ ਪ੍ਰੋਵਾਈਡ ਕਰ ਰਹੇ ਹੈ 600 ਰੁਪਏ ਪਰ ਸਟੂਡੈਂਟ
ਦੀ ਜਿਹੜੀ ਕੋਸਟ ਹੈ ਉਸ ਕੋਸਟ 'ਤੇ ਹੀ ਉਹ ਔਨ ਕੋਸਟ ਜਿਹੜੀ ਇਹ ਤਿਆਰੀ ਕਰ ਰਹੇ ਹੈਗੇ ਹੈ ਅਤੇ ਇਹਦੇ ਨਾਲ ਇਹਨਾਂ ਨੂੰ ਵੀ ਮੁਨਾਫਾ ਹੋਏਗਾ। ਇਹ ਸਾਰੀ ਜਿਹੜੀ ਲੇਡੀਜ਼ ਨੇ ਉਹ ਇਹ ਪਿੰਡ ਦੇ ਵਿੱਚ ਹੀ ਆਪਣੇ ਘਰ ਦੇ ਵਿੱਚ ਨੇੜੇ ਹੀ ਰਹਿੰਦੀਆਂ ਨੇ, ਆਪਣੇ ਘਰ ਦੇ ਵਿੱਚ ਇਹ ਜਾ ਕੇ ਇਹ ਕੰਮ ਕਰ ਸਕਦੀਆਂ ਨੇ, ਜਾਂ ਇਹੋ ਜਿਹੜੇ ਸੈਂਟਰ ਅਸੀਂ ਖੋਲ੍ਹ ਰਹੇ ਹਾਂ ਉੱਥੇ ਆਪਣਾ ਰੋ ਮਟੀਰੀਅਲ ਲੈ ਕੇ ਆ ਕੇ ਇੱਥੇ ਵੀ ਇਹ ਮਸ਼ੀਨਸ 'ਤੇ ਕੰਮ ਕਰ ਸਕਦੀਆਂ ਨੇ। ਅਤੇ ਇਹਨਾਂ ਨੂੰ ਅਸੀਂ ਪੂਰੀ ਸਪੋਰਟ ਦੇ ਰਹੇ ਹਾਂ, ਇਹਨਾਂ ਨੂੰ ਅੱਜ ਸਰਟੀਫਿਕੇਟ ਵੀ ਦੇਵਾਂਗੇ ਤਾਂ ਇਹਨਾਂ ਦਾ ਜਿਹੜਾ ਸਕਿੱਲ ਹੈ ਉਹਦੀ ਰੈਕਗਨੇਸ਼ਨ ਵੀ ਅਸੀਂ ਕਰ ਰਹੇ ਹੈਗੇ ਹਾਂ, ਸੋ ਦੈਟ ਇਹਨਾਂ ਨੂੰ ਫਿਊਚਰ ਦੇ ਵਿੱਚ ਵੀ ਇਸਦਾ ਜੋ ਲਾਭ ਹੈ ਉਹ ਉਠਾ ਸਕਣ। ਅਤੇ ਇਹਨਾਂ ਨੂੰ ਦੇਖ ਕੇ ਮੈਨੂੰ ਲੱਗਦਾ ਕਿ ਹੋਰ ਵੀ ਔਰਤਾਂ ਇਹਨਾਂ ਤੋਂ ਪ੍ਰੇਰਿਤ ਹੋ ਕੇ ਆਉਣਗੀਆਂ ਅਤੇ ਹੋਰ ਸੈਲਫ ਹੈਲਪ ਗਰੁੱਪਸ ਜਿਹੜੇ ਨੇ ਇਸ ਕੰਮ ਦੇ ਲੱਗਣਗੇ, ਕਿਉਂਕਿ ਇਹ ਕੰਮ ਜਿਹੜਾ ਹੈਗਾ ਇੱਕ ਕੰਟੀਨਿਊਸ ਕੰਮ ਹੋ ਜਾਏਗਾ, ਇੱਕ ਕੰਟੀਨਿਊਸ ਆਮਦ ਇਹਨਾਂ ਨੂੰ ਮਿਲਦੀ ਰਹੂਗੀ ਅਤੇ ਇਹਨਾਂ ਨੂੰ ਮਾਰਕੀਟਿੰਗ ਦੀ ਦਿੱਕਤ ਨਹੀਂ ਆਏਗੀ। ਤਾਂ ਇਹ ਜਿਹੜਾ CM ਸਾਹਿਬ ਦਾ ਜਿਹੜਾ ਬਹੁਤ ਹੀ ਸ਼ਲਾਘਾਯੋਗ ਕਦਮ ਇਹਨਾਂ ਨੇ ਇੱਕ ਜ਼ਿਲ੍ਹੇ ਦੇ ਵਿੱਚ ਚੱਕਿਆ ਸੀਗਾ, ਜੋ ਕਿ ਹੁਣ ਪਾਇਲਟ ਤੌਰ 'ਤੇ ਹੁਣ ਮਾਡਲ ਜਿਹੜਾ ਉਹ ਬਣ ਗਿਆ ਹੈਗਾ, ਅਸੀਂ ਸਾਰੇ ਹੀ ਉਸ ਨੂੰ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਮੈਡਮ, ਜ਼ਿਲ੍ਹੇ 'ਚ ਕਿੰਨੇ ਕੁ ਔਰਤਾਂ ਇਸ ਦੇ ਨਾਲ ਜੁੜ ਗਈਆਂ? ਐਜ਼ ਆਫ ਨਾਓ ਅਸੀਂ 50 ਗਰੁੱਪਸ 50 ਲੇਡੀਜ਼ ਨੂੰ ਟ੍ਰੇਨ ਕੀਤਾ ਹੈਗਾ, ਬਟ ਅਸੀਂ ਇਸ ਨੂੰ, ਕਿਉਂਕਿ ਮੈਂ ਜਿਸ ਤਰ੍ਹਾਂ ਦੱਸ ਰਹੀ ਹਾਂ ਨਵਾਂ ਹੀ ਸਾਡਾ ਸ਼ੁਰੂ ਹੋਇਆ, ਅਤੇ ਅਸੀਂ ਇਸ ਨੂੰ ਪੂਰੇ ਜ਼ਿਲ੍ਹੇ ਦੇ ਵਿੱਚ ਹੀ ਲੈ ਕੇ ਜਾਵਾਂਗੇ। ਅਤੇ ਸਾਡੇ ਜਿੰਨੇ ਵੀ 950 ਜਿਹੜੇ ਐਲੀਮੈਂਟਰੀ ਸਕੂਲਸ ਹੈ ਪਹਿਲਾਂ ਅਸੀਂ ਉਹ ਕਵਰ ਕਰਾਂਗੇ, ਉਸ ਤੋਂ ਬਾਅਦ ਜਿੱਦਾਂ ਮੈਂ ਕਿਹਾ ਹੈਗਾ ਅਸੀਂ ਇਹ ਵੀ ਟ੍ਰੇਨਿੰਗ ਦੇਣਾ ਸ਼ੁਰੂ ਕਰਾਂਗੇ, ਜਿੱਦਾਂ ਪੁਲਿਸ ਦੀ ਵਰਦੀਆਂ ਹੋ ਗਈਆਂ, ਆਰਮੀ ਦੀ ਵਰਦੀਆਂ ਹੋ ਗਈਆਂ, ਉਹਨਾਂ ਨਾਲ ਅਸੀਂ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕਰਾਂਗੇ, ਡਾਕਟਰਸ ਦੇ ਨਰਸਿਸ ਦੇ ਜਿਹੜੇ ਕੋਟ ਹੁੰਦੇ ਹੈ ਉਹਦੀ ਅਸੀਂ ਕੋਸ਼ਿਸ਼ ਕਰਾਂਗੇ। ਸੋ ਇਹ ਸਾਡਾ ਜਿਹੜਾ ਫਿਊਚਰ ਐਕਸ਼ਨ ਪਲਾਨ ਹੈ। ਥੈਂਕ ਯੂ। ਸਤਿ ਸ਼੍ਰੀ ਅਕਾਲ ਸਰ ਜੀ, ਮੇਰਾ ਨਾਮ ਸੀਮਾ ਦੇਵੀ ਹੈ ਜੀ, ਮੈਂ ਪਿੰਡ ਖਾਂਗ ਤੋਂ। ਸਾਨੇ ਸਕੂਲ ਦੀਆਂ ਯੂਨੀਫਾਰਮ ਦੀਆਂ ਟ੍ਰੇਨਿੰਗ ਲਈਆਂ ਨੇ ਸਰ, ਸੇਲ ਵਾਲੇ ਪਿੰਡ ਤੋਂ। ਅਸੀਂ ਸੈਲਫ ਗਰੁੱਪ ਦੇ ਨਾਲ 3 ਸਾਲ ਤੋਂ ਜੁੜੇ ਹੋਏ ਹਾਂ ਸਰ ਜੀ, ਸਾਨੂੰ ਬਹੁਤ ਫਾਇਦਾ ਹੋਇਆ ਜੀ ਇਹਦੇ ਨਾਲ, ਸਾਨੂੰ ਲੋਨ ਵੀ ਮਿਲਦੇ ਨੇ ਸਰ ਜੀ ਇਹਦੇ ਨਾਲ ਜੁੜ ਕੇ। ਕਿੰਨੇ ਇਨਕਮ ਮਹੀਨੇ ਚ ਹੋ ਜਾਂਦੀ ਤੁਹਾਨੂੰ? ਕੀ ਸਰ ਜੀ, ਕਿੰਨੇ ਪੈਸੇ ਇੱਕ ਮਹੀਨੇ ਦੇ ਕਮਾ ਲੈਂਦੇ ਹੋ ਕੰਮ ਕਰਦੇ? ਸਰ ਜੀ ਅਸੀਂ ਪਹਿਲਾਂ ਤਾਂ ਪੈਸੇ ਕੋਈ ਕਮਾਏ ਨਹੀਂ ਜੀ, ਹੁਣ ਅਸੀਂ ਸਿੱਖ ਕੇ ਵੱਧ ਤੋਂ ਵੱਧ ਪੈਸਾ ਕਮਾਉਣਾ ਚਾਹੁੰਦੇ ਹਾਂ ਜੀ ਸਰ, ਸਾਨੂੰ ਵਧੀਆ ਰੁਜ਼ਗਾਰ ਮਿਲਿਆ ਜੀ, ਅਸੀਂ ਵੀ ਕਹਿ ਸਕਦੇ ਹਾਂ ਜੀ ਸਾਨੂੰ ਵੀ ਵਧੀਆ ਰੁਜ਼ਗਾਰ ਮਿਲਿਆ ਜੀ, ਤਾਂ ਜੋ ਅਸੀਂ ਪੈਸਾ ਕਮਾ ਸਕੀਏ ਜੀ। ਹਾਂਜੀ, ਅਸੀਂ ਸਰਕਾਰ ਦਾ ਧੰਨਵਾਦ ਕਰਦੇ ਹਾਂ ਜੀ, ਸਾਨੂੰ ਵਧੀਆ ਰੁਜ਼ਗਾਰ ਦਿੱਤਾ ਜੀ।